ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੀਟ ਕੋਟਾਲੇ ਨੂੰ ਲੈ ਕੇ ਪੰਜਾਬ ਪਰਵੇਚ ਸਾਰੇ ਜ਼ਿਲ੍ਹਿਆਂ 'ਚ ਡੀਸੀ ਨੂੰ ਮੰਗ ਪੱਤਰ ਸੌਂਪ ਕੇ ਜਾਂਚ ਦੀ ਮੰਗ ਰੱਖੀ ਜਲੰਧਰ 24 ਸ਼੍ਰੋਮਣੀ ਅਕਾਲੀ ਦਲ ਦੇ ਦੋ ਮੌਜੂਦਾ ਵਿਧਾਇਕਾਂ ਪਵਨ ਤੀਨੂ ਗੁਰਪ੍ਰਤਾਪ ਸਿੰਘ ਵੱਡਾਲਾ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸਰਕਲ ਪ੍ਰਧਾਨ ਤੇ ਹੋਰ ਅਕਾਲੀ ਨੇਤਾਵਾਂ ਨੇ ਐਡੀਸੀ ਨੂੰ ਮੰਗ ਪੱਤਰ ਸੌਂਪ ਕੇ ਸੀਟ ਕੋਟਾਲੇ ਦੀ ਜਾਂਚ ਦੀ ਮੰਗ ਕੀਤੀ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਜਿਹਦੇ ਵਿੱਚ ਝੋਨੇ ਦੇ ਬੀਜ ਸੰਬੰਧੀ ਜੋ ਬਹੁਤ ਵੱਡਾ ਘਟਾਲਾ ਹੋਇਆ ਕਿਸਾਨਾਂ ਨੂੰ ਲੁੱਟਿਆ ਗਿਆ ਤੇ ਜਾਲੀ ਬੀਜ ਜਿਹੜਾ ਆ ਉਹ ਸਪਲਾਈ ਕੀਤਾ ਗਿਆ ਔਰ ਉਹਦੀਆਂ ਤਾਰਾਂ ਜਿਹੜੀਆਂ ਸਰਕਾਰ ਦੇ ਨਾਲ ਸਰਕਾਰ ਦੇ ਮੰਤਰੀਆਂ ਨਾਲ ਜਾ ਕੇ ਜੁੜ ਰਹੀਆਂ ਉਸ ਸੰਬੰਧੀ ਅਸੀਂ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਇੱਕ ਮੰਗ ਪੱਤਰ ਥਰੂ ਡਿਪਟੀ ਕਮਿਸ਼ਨਰ ਦਿੱਤਾ ਹੈ ਤੇ ਉਹ ਦੇਖ ਕੇ ਆਏ ਆ ਹੋਰ ਵੀ ਪੱਤਰਕਾਰਾਂ ਤੇ ਜਿਹੜੇ ਹਮਲੇ ਹੋਏ ਆ ਉਹਦੇ ਉੱਤੇ ਸੀ ਆਪਣਾ ਮੰਗ ਕਰਕੇ ਆਏ ਆ ਵੀ ਉਹਨਾਂ ਉੱਤੇ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਪੱਤਰਕਾਰਾਂ ਦੇ ਉੱਤੇ ਤਸ਼ੱਦਦ ਕੀਤਾ ਹਮਲਾ ਡੀਸੀਆਂ ਕੋ ਜਾ ਕੇ ਮੰਗ ਪੱਤਰ ਦੇਣਾ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਨਾਲ ਬਹੁਤ ਵੱਡੀ ਧੋਖਾ ਜਿਹੜੀ ਹੋਈ ਆ ਜਿਹੜਾ ਲੁੱਟ ਹੋਈ ਆ ਉਹਦੇ ਸਬੰਧ ਵਿੱਚ ਪਿੱਛੇ ਜਿਹੜਾ ਬਰਾੜ ਸੀਡ ਸਟੋਰ ਆ ਜਿਹੜਾ ਬਹੁਤ ਪੁਰਾਣਾ ਕੰਮ ਕਰਦਾ ਖੇਤੀਬਾੜੀ ਦੇ ਬੀਜਾਂ ਦੇ ਸਬੰਧ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਦਾ ਦਫ਼ਤਰ ਆ ਤੇ ਕਿਸਾਨਾਂ ਨੂੰ ਬੜਾ ਯਕੀਨ ਹੈ ਵਿਰਾਟ ਸੀਡ ਸਟੋਰ ਤੇ ਸਾਰੇ ਪੰਜਾਬ ਚੋਂ ਜਾਂ ਬਾਹਰਲੇ ਸੂਬਿਆਂ ਚੋਂ ਵੀ ਕਿਸਾਨ ਉੱਥੋਂ ਆ ਕੇ ਵੀ ਲੈ ਲੈਂਦੇ ਆਪਣਾ ਜਿਹੜੀ ਪੀਆਰ 128 ਹੈ ਤੇ ਪੀਆਰ 129 ਕਿਸਮ ਜਿਹੜੀ ਇਸ ਸਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਲੀਜ਼ ਕੀਤੀ ਆ ਪਿਛਲੇ ਸਾਲ ਉਹਦੇ ਟਰਾਇਲ ਚੱਲ ਰਹੇ ਸੀਗੇ ਵੱਖਰੇ ਵੱਖਰੇ ਖੇਤੀ ਵਿਗਿਆਨ ਕੇਂਦਰਾਂ ਚ ਜਾਂ ਜਿਹੜੇ ਪੀਏਯੂ ਦੇ ਰਿਸਰਚ ਸਟੇਸ਼ਨ ਆ ਉੱਥੇ ਟਰਾਇਲ ਚੱਲ ਰਹੇ ਸੀ ਇਸ ਵਾਰ ਪੀਆ ਇਹਨੇ ਰਿਲੀਜ਼ ਕੀਤੀ ਵੈਰਾਈਟੀ ਲੇਕਿਨ ਕਈ ਸੌ ਕੁਆਂਟਲ ਬੀਜ ਉਥੋਂ ਜਿਹੜਾ ਜਿਹੜਾ ਮੁੱਖ ਖੇਤੀਬਾੜੀ ਅਫਸਰ ਆ ਲੁਧਿਆਣਾ ਉਹਨੇ ਉਥੇ ਆਪਣੇ ਜ਼ਬਤ ਕੀਤਾ ਉਥੋਂ ਫੜਿਆ ਗਿਆ ਤੇ ਬਹੁਤ ਮਹਿੰਗੇ ਰੇਟ ਤੇ ਉਹ ਬੀਜ ਵੇਚ ਰਿਆ ਸੀਗਾ ਜਿਹੜਾ ਉਹਦਾ ਰੇਟ ਤੇ ਪੰਜਾਬ ਦੀ ਆਪਣੇ ਸਰਕਾਰ ਦਾ ਜਾਂ ਖੇਤੀਬਾੜੀ ਯੂਨੀਵਰਸਿਟੀ ਦਾ ਰੇਟ ਆ ਹਜ਼ਾਰਾਂ ਰੁਪਏ ਕੁਆਂਟਲ ਦਾ ਫਰਕ ਆ ਉਹਦੇ ਨਾਲ ਸੋ ਬਹੁਤ ਵੱਡਾ ਇਹ ਆਪਣੇ ਧੋਖਾ ਆ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ ਆ ਕਿ ਇੰਨੀ ਛੇਤੀ ਇਹ ਜਿਹੜਾ PR 128 PR 129 ਜਿਹੜਾ ਕਿਸਮ ਆ ਇਹ ਨਹੀਂ ਛੇਦੀ ਮਲਟੀਪਲਾਈ ਨਹੀਂ ਹੋ ਸਕਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੈਂਕੜੇ ਕੁਆਂਟਲ ਬੀ ਉੱਥੇ ਲਿਆ ਕੇ ਸਟੋਰ ਕੀਤਾ ਸੀਗਾ ਵਿਰਾਡ ਸੀਡ ਸਟੋਰ ਨੇ ਹਜੇ ਤਾਂ ਇਸ ਵਾਰੀ ਰਿਲੀਜ਼ ਕੀਤਾ ਆ ਆਪਣੇ ਪੀਏਯੂ ਨੇ ਸੋ ਇਹਦੇ ਵਿੱਚ ਬਹੁਤ ਵੱਡਾ ਫਰਾਡ ਆ ਬੜਾ ਵੱਡਾ ਧੋਖਾ ਆ ਜਿਹੜਾ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਪਿੱਛੇ ਬੀ ਬਣਾਇਆ ਕਰਨਾਲ ਸੀਡ ਸਟੋਰ ਜਿਹੜਾ ਡੇਰਾ ਬਾਬਾ ਨਾਨਕ ਵਾਲੇ ਆ ਉਹ ਵੀ ਇਹਦੇ ਵਿੱਚ ਜਿਹੜਾ ਮੰਗ ਪੱਤਰ ਵਿੱਚ ਉਦੇ ਮੁਤਲਕ ਵੀ ਇਹ ਸ਼ਰੋਮਣੀ ਕਾਲੀਦਾਲ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ ਕਿ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਹਜੇ ਕੱਲਾ ਪਰਚਾ ਦਰਜ ਹੋਇਆ ਬਰਾੜ ਸੀਡ ਸਟੋਰ ਤੇ ਲੇਕਿਨ ਬਰਾੜ ਸੀਡ ਸਟੋਰ ਦਾ ਪਿੱਛੋਂ ਕੌਣ ਸੀਗਾ ਜਿਹੜਾ ਮਲਟੀਪਲਾਈ ਕਰਕੇ ਕਿਹੜੇ ਆਪਣੇ ਫਾਰਮ ਤੋਂ ਉਹਨੂੰ ਸੀਡ ਮਿਲ ਰਿਆ ਸੀਗਾ ਉਹ ਸੀਗਾ ਕਰਨਾਲ ਸੀਡ ਸਟੋਰ ਚਲੋ ਇਹ ਮੰਗੇ ਮੁੱਖ ਤੌਰ ਤੇ ਮੰਗਿਆ ਕਿਸਾਨ ਆਲਰੇਡੀ ਬਹੁਤ ਜ਼ਿਆਦਾ ਵਿਚਾਰਾ ਕਰਜ਼ੇ ਦੀ ਮਾਰੇਠ ਪਿਸ ਰਿਆ ਇੰਨੀਆਂ ਖੁਦਕੁਸ਼ੀਆਂ ਹੋਈਆਂ ਕਿਸਾਨਾਂ ਦੀਆਂ ਚਲੋ ਉਹਦਾ ਡਿਫਰੈਂਟ ਸਬਜੈਕਟ ਹੈ ਆਪਾਂ ਨੂੰ ਉਹਨਾਂ ਦੇ ਨਾਲ ਆਪਾਂ ਨੂੰ ਤਰਸ ਆਉਂਦਾ ਕਿਸਾਨਾਂ ਨਾਲ ਛੋਟੇ ਕਿਸਾਨ ਐ ਬਚਾਰੇ ਪਰ ਉਹਨਾਂ ਨੂੰ ਕੋਈ ਮੰਡੀ ਨਹੀਂ ਮਿਲਦੀ ਕੋਈ ਉਹਨਾਂ ਨੂੰ ਰੇਟ ਨਹੀਂ ਮਿਲਦਾ ਜਿੰਦਸ਼ਾ ਦੇ ਭਾਅ ਵਧ ਨਹੀਂ ਰਹੇ ਲੇਕਿਨ ਜਿਹੜੀਆਂ ਚੀਜ਼ਾਂ ਵੜਤ ਦੇ ਨੇ ਉਹਨਾਂ ਦਾ ਭਾਅ ਬਹੁਤ ਵਧ ਰਿਹਾ ਸੋ ਇਹ ਅਸੀਂ ਮੰਗ ਕਰਦੇ ਆ ਕਿ ਇਹਦੇ ਪਿੱਛੇ ਇਨਕੁਆਇਰੀ ਕਰਕੇ ਗਵਰਨਰ ਸਾਹਿਬ ਨੂੰ ਡੀਸੀ ਸਾਹਿਬ ਰਾਹੀਂ ਮੰਗ ਪੱਤਰ ਭੇਜਣਾ ਇਨਕੁਆਇਰੀ ਕਰਕੇ ਜਿਹੜੇ ਹੋਰ ਵੀ ਵਿਅਕਤੀ ਆ ਜਾਂ ਹੋਰ ਸੰਸਥਾਵਾਂ ਨੇ ਹੋਰ ਅਧਾਰੇ ਨੇ ਉਹਨਾਂ ਤੇ ਵੀ ਵਿਰੁੱਧ ਕਾਰਵਾਈ ਕੀਤੀ ਜਾਵੇ ਇਹ ਸਾਡੀ ਪਾਰਟੀ ਦੀ ਮੰਗ ਹੈ ਪਹਿਲਾ ਤਾਂ ਅਫਸੋਸ ਇਹ ਆ ਕਿ डीसी साहब ਤੋਂ ਟਾਈਮ ਲੈ ਕੇ ਇੱਥੇ ਬੀਜਾਂ ਦਾ ਜਿਹੜਾ ਪ੍ਰੋਟੈਸਟ ਹੈ ਉਹ ਕਰਨ ਵਾਸਤੇ ਆਏ ਆ ਮਮਰੰਡਨ ਦੇਣ ਆਏ ਆ ਪਾਰਟੀ ਵੱਲੋਂ ਸਾਰੇ ਐਮਐਲਏ ਸਾਹਿਬ ਐਕਸਐਮਐਲਏ ਸਾਹਿਬ ਤੇ ਸ਼ਰੋਮਨੀ ਅਕਾਲੀ ਲਾਡ ਦੇ ਲੀਡਰ ਸਾਹਿਬਾਨ ਪਹੁੰਚੇ ਨੇ ਕਿਉਂਕਿ ਬੀਜ ਘਟਾਲਾ ਇੱਕ ਐਸਾ ਘਟਾਲਾ ਹੈ ਜਿਹੜਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਕਿਉਂਕਿ ਕਿਸਾਨ ਨੇ ਪਿਛਲੇ ਟਾਈਮ ਦੇ ਵਿੱਚ ਬੜੀਆਂ-ਬੜੀਆਂ ਖੁਦਕਸ਼ੀਆਂ ਕੀਤੀਆਂ ਤੇ ਜੇ ਖੁਦਕਸ਼ੀ ਹੁਣ ਦੁਬਾਰਾ ਕੀਤੀ ਜਾਂਦੀ ਏ ਤੇ ਉਹ ਇਹ ਬੀਜਾ ਕਰਕੇ ਹੋਣੀ ਏ ਜਿਹਨੂੰ ਕਦੀ ਵੀ ਲੋਕ ਬਖਸ਼ਣਗੇ ਨਹੀਂ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਘਟਾਲਾ ਜਿਹੜਾ ਇਹਦੀ ਜਲਦ ਕਾਰਵਾਈ ਹੋਣੀ ਚਾਹੀਦੀ ਏ ਤੇ ਇਸ ਕਾਰਵਾਈ ਨੂੰ ਕਰਕੇ ਜਿਹੜਾ ਦੋਸ਼ੀ ਉਹਨੂੰ ਸਜ਼ਾ ਦੇਣੀ ਚਾਹੀਦੀ ਜਲੰਧਰ ਦੇ ਏਡੀਸੀ ਜਸਪੀਰ ਸਿੰਘ ਨੇ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦੀ ਗੱਲ ਆਖੀ ਵਾਈਸ ਆਫ ਪੰਜਾਬ ਲਈ ਜਲੰਧਰ ਤੋਂ ਰਿੰਪੀ ਦੇ ਨਾਲ ਦੇਵਰਾਸਦੀ ਰਿਪੋਰਟ